ਮੂੰਹ ਵੀ ਨਹੀਂ ਚੱਲ ਰਹੀ ਜੀ ਅੱਜ ਬੜਾ ਜਿਆਦਾ ਜ਼ਰੂਰੀ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਨੈਟਵਰਕ ਨਹੀਂ ਚੱਲ ਰਿਹਾ ਕੁਝ ਕਿ ਗੱਲਾਂ ਹਸ ਯਾਰ ਕੋਈ ਮੈਂ ਵੀ ਯਾਨੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹਨੂੰ ਕੀ ਆ ਕਿਹਾ ਜਾਵੇ ਹਨਾ ਕੀ ਗੱਲ ਕਿਹਾ ਜਾਵੇ ਉਹ ਮੰਜੇ ਮੈਂ ਤੁਹਾਨੂੰ ਮੈਂ ਗੱਲ ਦੱਸ ਰਿਹਾ ਸੀਗਾ ਵੀ ਆਪਣੇ ਪਿੰਡ ਦੇ ਮੁੰਡੇ ਆ ਗਏ ਅੱਜ ਆਪਣੇ ਕੋਲੇ ਤੇ ਉਹ ਕਹਿੰਦੇ ਵੀ ਬਾਈ ਤੁਸੀਂ ਜੇ ਵੇਲੇ ਹੋ ਵੀ ਆਪਾਂ ਚੱਲੀਏ ਆਪਾਂ ਆਪਣਾ ਟਰੈਕਟਰ ਲੈ ਕੇ ਚੱਲਣਾ ਮੈਂ ਚੱਲ ਵੜਦੇ ਆਂ ਬਾਈ ਜੇ ਟਰੈਕਟਰ ਲੈ ਕੇ ਜਾਂਣਾ ਡਾਕਟਰ ਕਹਿੰਦੇ ਨਹੀਂ ਤੁਸੀਂ ਵੀ ਚੱਲੋ ਨਾਲ ਮੈਂ ਠੀਕ ਹੈ ਬਈ ਆਪਾਂ ਚੱਲ ਪੈਂਦੇ ਆਂ ਤੇ ਕੀ ਹੋਇਆ ਵੀ ਅਸੀਂ ਬਈ ਟ੍ਰੈਕਟਰ ਲੈ ਗਏ ਹੁਣ ਯਾਰ ਮੈਨੂੰ ਆਪਾਂ ਨੂੰ ਤਾਂ ਪਤਾ ਹੀ ਨਹੀਂ ਵੀ ਕਿਹਦਾ ਧਰਨਾ ਨਾ ਆਪਾਂ ਕਰੇ ਇਸ ਪੋਲਿਟਿਕਸ ਦੇ ਵਿੱਚ ਪਾਏ ਆ ਵੀ ਇਹ ਕਿਹੜੇ ਗਰੁੱਪ ਦਾ ਧਰਨਾ ਹੈ ਜਾਂ ਕਿਹਦਾ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਨਾ ਚਲੋ ਅਸੀਂ ਚੁੱਪ ਕਰਕੇ ਮੂੰਹ ਟੱਕ ਕੇ ਆਰਾਮ ਨਾਲ ਜਾ ਕੇ ਬਚਾਲੇ ਬਹਿ ਗਏ ਨਾ ਆਪਾਂ ਮੈਂ ਇੱਕ ਵਾਰੇ ਬੋਲੇ ਨਾ ਕੋਈ ਆਪਾਂ ਗੱਲਾਂ ਬਾਤਾਂ ਸੁਣੀਗੇ ਸਾਰਿਆਂ ਨੇ ਜਿੰਨੇ ਵੀ ਭਰਾ ਚਲ ਉੱਥੇ ਬੈਠੇ ਸੀ ਉਹਨਾਂ ਦੀ ਵੀ ਹੌਸਲਾ ਪਜਾਈ ਹੋਈ ਮੈਨੂੰ ਹੀ ਵਧੀਆ ਲੱਗਿਆ ਜਾ ਕੇ ਫੇਰ ਸੱਚੀ ਰੂਹ ਨੂੰ ਸ਼ਾਂਤੀ ਮਿਲੀ ਯਾਰ ਵੀ ਚਲ ਯਾਰ ਹਨਾ ਵੀ ਅੱਜ ਵਧੀਆ ਕੰਮ ਹੋ ਗਿਆ ਹਨਾ ਅੱਜ ਵੇਲੇ ਵੀ ਸੀ ਕਿ ਆਪਾਂ ਜਾ ਵੀ ਆਏ ਕਿ ਮੈਨਾਂ ਕਿਵੇਂ ਕਰਕੇ ਚਲੋ ਹਨਾ ਆਪਣੇ ਚਲ ਨੌਜਵਾਨ ਕਿਸਾਨ ਇਕਤਲੇ ਧਰਨੇ ਤੋਂ ਬਾਅਦ ਬੜੇ ਟਾਈਮ ਬਾਅਦ ਹਨਾ ਵੀ ਅੱਜ ਵੀ ਚਲ ਹਨਾ ਜਾਏ ਉੱਥੇ ਜਦੋਂ ਅਸੀਂ ਗਏ ਬੀਬੀਆਂ ਆਈਆਂ ਹੋਈਆਂ ਸੀ ਪਰ ਇਹ ਹੋਇਸੋ ਇਹਨਾਂ ਸਾਰਿਆਂ ਨੇ ਚਾਹ ਕੀਤਾ ਯਾਰ ਬੜਾ ਇੱਕ ਨੌਜਵਾਨ ਮੁੰਡਾ ਬੋਲਿਆ ਖਿਆਲੀ ਕਲਾ ਤੋਂ ਬਹੁਤ ਵਧੀਆ ਬੋਲਿਆ ਮੁੰਡਾ ਯਾਰ ਉਹ ਮੈਨੂੰ ਸੱਚੋਂ ਲੱਗਿਆ ਮੈਂ ਯਾਰ ਵੀ ਚਲ ਠੀਕ ਹੈ ਕੋਈ ਨਾ ਕੋਈ ਤਾਂ ਹਨਾ ਉਹ ਉਹ ਉਹਨੂੰ ਟਾਈਮ ਨਹੀਂ ਸੀ ਦਿੱਤਾ ਜਾ ਰਿਹਾ ਵੀ ਤੂੰ ਤੂੰ ਵੀ ਹਜੇ ਸਾਡੀ ਪਲੈਨਿੰਗ ਹੈ ਤੈਨੂੰ ਹੁੰਦੀ ਵੀ ਅਗਲੇ ਦਿਨ ਦੀ ਸਟੇਜ ਦੀ ਕੋਈ ਪਲੈਨਿੰਗ ਹੁੰਦੀ ਹੋਣੀ ਹੈ ਨਾ ਤੇ ਪਰ ਉਹ ਮੁੰਡਾ ਬੋਲਿਆ ਯਾਰ ਬੜੀਆਂ ਘੈਂਟ ਗੱਲਾਂ ਕੀਤੀ ਉਹਨੇ ਕਹਿੰਦਾ ਵੀ ਬਾਈ ਐ ਸੁਪਰ ਸੀਡਰ ਐ ਫਲਾਨਾ ਤੇ ਕੋਨੇ ਨਵੀਆਂ ਚੰਗੀਆਂ ਜਿਹੜਾ ਉਹਦਾ ਦਿਮਾਗ ਸੀ ਉਹਨੇ ਉਸ ਅਕੋਰਡਿੰਗ ਗੱਲਾਂ ਕੀਤੀਆਂ ਭਾਸ਼ ਨਹੀਂ ਆਪਾਂ ਉਹਨੂੰ ਕਹਿ ਸਕਦੇ ਵੀ ਦਿਲੋਂ ਗੱਲਾਂ ਕੀਤੀ ਉਹਨੇ ਉਸ ਤੋਂ ਬਾਅਦ ਇੱਕ ਅੰਕਲ ਨੇ ਮੈਗ ਫੜਿਆ ਅੰਕਲ ਕਹਿੰਦੇ ਵੀ ਵੀ ਐ ਕਰਕੇ ਸਰਕਾਰ ਐਵੇਂ ਕਰ ਰਹੀ ਹੈ ਇਹ ਕਲਾਕਾਰਾਂ ਨੂੰ ਲੈਕਚਰ ਜਿਹੜਾ ਲੈਕਚਰ ਲਾਣਾ ਵੀ ਸ਼ਹਿਰ ਮੈਂ ਬੈਠਾ ਹੀ ਤਾਂ ਕਰਕੇ ਹੈ ਨਾ ਮੈਂ ਸੁਣੀਆਂ ਗੱਲਾਂ ਚਲੋ ਉਹ ਵੀ ਮੈਂ ਸੁਣੀਆਂ ਮੈਂ ਚਲੋ ਵੱਡੇ ਆਪਣੇ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਗਾਣਾ ਇਹ ਕਲਾਕਾਰ ਆਪਾਂ ਨੂੰ ਖਰਾਬ ਕਰਦੇ ਨੇ ਫਲਾਨਾ ਧਮਕਾ ਇਹ ਮੈਂ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਬੱਚੇ ਆ ਕੋਈ ਦਿੱਕਤ ਨਹੀਂ ਤੁਸੀਂ ਕਹਿਦਾ ਠੀਕ ਹੈ ਚਲੋ ਉਹ ਧਾਨੇ ਤੇ ਗਏ ਉਹ ਮੁੰਡੇ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਬੜਾ ਪਿਆਰ ਕੀਤਾ ਉਸਿਆਣਾ ਤੇ ਚਲ ਇੱਕ ਮੈਨੂੰ ਥੋੜੀਆਂ ਗੱਲਾਂ ਪਿੰਚਾਈਆਂ ਪਰ ਮੈਂ ਉਦੋਂ ਸਹੀ ਨਹੀਂ ਸਮਝਿਆ ਮਾ ਯਾਰ ਵੀ ਇਹ ਹਨਾ ਇੱਕ ਵੀ ਕੋਈ ਹੋਰ ਚੀਜ਼ ਚੱਲ ਰਹੀ ਹੈ ਚਲ ਕਿਸੇ ਦਾ ਦਿਮਾਗ ਹੁੰਦਾ ਉਹ ਆਪਣੇ ਤੇ ਲਾ ਗਿਆ ਜਾਂ ਕੁਝ ਹੋਰ ਕਰ ਗਿਆ ਚਲੋ ਆਪਾਂ ਆਪਾਂ ਇੰਨੀ ਇਗਨੋਰ ਇਗਨੋਰ ਕਰ ਦਿੰਦੇ ਆ ਵੀ ਜਦ ਤੱਕ ਬੰਦਾ ਆਪਣੇ ਦੋਂ ਲੈ ਕੇ ਕਵੇ ਫਿਰ ਆਪਾਂ ਨੂੰ ਉਸ ਚੀਜ਼ ਦਾ ਜਵਾਬ ਦਿੰਨੇ ਆ ਤਰੀਕੇ ਨਾਲ ਹਾਂ ਆ ਚੱਲ ਫਿਰ ਵੀ ਅੰਕਲ ਆ ਵੱਡੇ ਆ ਕੋਈ ਦਿੱਕਤ ਨਹੀਂ ਮਾ ਤੁਸੀਂ ਕੋਈ ਦਿੱਕਤ ਨਹੀਂ ਜੀ ਅਸੀਂ ਤਾਂ ਮਾ ਕਿਹਾ ਤੁਹਾਡੇ ਇੱਥੇ ਗੋਡਾ ਲਵਾਉਣ ਆਏ ਆ ਜੀ ਹਨਾ ਆਵਰੇ ਭਰਾਵਾਂ ਕਰਕੇ ਆਏ ਆ ਹਨਾ ਕੋਈ ਅਸੀਂ ਇੱਥੇ ਕੋਈ ਤੁਹਾਡਾ ਮੈਕ ਫੜਦ ਨਹੀਂ ਆਏ ਕੋਈ ਕੁਝ ਨਹੀਂ ਕਰਨਾ ਅਸੀਂ ਤਾਂ ਵੀ ਆਪਾਂ ਜਨਰਲੀ ਹਨਾ ਆਪਣਾ ਬਣਦਾ ਉਹਨਾਂ ਕੋਲਣਾ ਯਾਰ ਠੀਕ ਹੈ ਨਾ ਸਾਡਾ ਮਾਨਸਾ ਸ਼ਹਿਰ ਆ ਸਾਡੇ ਮਾਨਸਾ ਦੇ ਇਲਾਕੇ ਦੇ ਵਿੱਚ ਕੋਈ ਚੰਗਾ ਕੰਮ ਹੋ ਰਿਹਾ ਤੇ ਸਾਡਾ ਉੱਥੇ ਜਾਣਾ ਬਣਦਾ ਅਸੀਂ ਉੱਥੇ ਗਏ ਆ ਠੀਕ ਆ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਤੇ ਅਸੀਂ ਤੁਹਾਡੇ ਕੋਲ ਮਾ ਉਹ ਨੌਰ ਕਰਤੀ ਮਾ ਚੱਲ ਕੋਈ ਗੱਲ ਨਹੀਂ ਜੇ ਅੰਕਲ ਨੂੰ ਆਪਣੇ ਤਵਾ ਲੈ ਕੇ 10 ਮਿੰਟ ਸ਼ਾਂਤੀ ਮਿਲਦੀ ਐ ਕੋਈ ਲਾ ਲੈਣ ਦੇ ਮਾ ਕੋਈ ਦਿੱਕਤ ਨਹੀਂ ਪਰ ਅੰਕਲ ਅਸੀਂ ਤੁਹਾਡੇ ਇੱਥੇ ਹੈਲਪ ਕਰਨ ਆਏ ਆ ਹਨਾ ਪਰ ਤੁਸੀਂ ਸਾਡੇ ਤੋਂ ਨਫ਼ਰਤ ਨਾ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਉਹ ਤੋਂ ਬਾਅਦ ਮੈਂ ਚਲੋ ਧੰਨੇ ਤੁੜਨੇ ਤੇ ਆਏ ਚੱਲ ਸਾਡੇ ਜਿਹੜੇ ਮੁੰਡੇ ਸੀਗੇ ਆਪਣੇ ਪਿੰਡ ਦੇ ਬਹੁਤ ਖੁਸ਼ ਗਏ ਨੇ ਬਾਈ ਪਰ ਘੈਂਟ ਹੋ ਗਏ ਨੇ ਯਾਰ ਆ ਗਿਆ ਹਨਾ ਤੇ ਆਪਾਂ ਕੱਲ ਨੂੰ ਵੀ ਚੱਲਣਾ ਮਾ ਕੋਈ ਦਿੱਕਤ ਨਹੀਂ ਡਾਰਲਿੰਗ ਕੱਲ ਨੂੰ ਵੀ ਚੱਲ ਪਾਂਗੇ ਕੋਈ ਦਿੱਕਤ ਨਹੀਂ ਤੇ ਮੈਂ ਹੁਣੀ ਹਜੇ ਖੇਰ ਖੁਰ ਕੇ ਆਏ ਤੇ ਮੈਂ ਦੁੱਧ ਪੀ ਕੇ ਢਾਈ ਤੇ ਮਨੇ ਕੱਲ ਵੀਡੀਓ ਦੇਖੀ ਮੈਨੂੰ ਨਹੀਂ ਸੀ ਪਤਾ ਵੀ ਉਹ ਜਿਹੜੇ ਧਰਨੇ ਤੇ ਮੈਂ ਗਿਆ ਉਹਦਾ ਮੁਖੀ ਕੌਣ ਹੈ ਜਾਂ ਕਿਹੜੇ ਗਰੁੱਪ ਬੰਨੀ ਹੋ ਆਪਾਂ ਯਾਰ ਉਸੀ ਤੋਂ ਲੈਣਾ ਦੇਣਾ ਕੋਈ ਕੋਈ ਨਹੀਂ ਹੈ ਨਾ ਆਪਾਂ ਤਾਂ ਇਹਦਾ ਕਿਸਾਨ ਗਏ ਸੀ ਵੀ ਚਲ ਐਦਾ ਸਪੋਰਟ ਕਰਨਾ ਮੈਂ ਭੁੱਲ ਗਿਆ ਉਹ ਬੰਦਾ ਕੋਈ ਸੀਗਾ ਰੁਲਦਾ ਸਿੰਘ ਮੈਂ ਨਹੀਂ ਜਾਣਦਾ ਅੰਕਲ ਨੂੰ ਕੌਣਾ ਉਹ ਕਿਵੇਂ ਹੈ ਕੀ ਹੈ ਠੀਕ ਹੈ ਨਾ ਚਲੋ ਕਿਸਾਨ ਆਗੂ ਹੋਣਾ ਹੈ ਨਾ ਵੀ ਮੈਂ ਮੇਰੇ ਕਰੇ ਧਿਆਨ ਚ ਮੈਨੂੰ ਮੇਰੇ ਤੋਂ ਬਾਤ ਉਹ ਬੰਦਾ ਕਹਿ ਰਿਹਾ ਕਹਿੰਦਾ ਜੀ ਇਸ ਤੋਂ ਇੱਥੇ ਆਵੇ ਜਿਹੜਾ ਮਰਜ਼ੀ ਆਵੇ ਅਸੀਂ ਮਾਈਕ ਤਾਂ ਕਿਸ ਨੂੰ ਦੰਦੇ ਨਹੀਂ ਹੈ ਨਾ ਉਹ ਉਹਨੇ ਪਹਿਲਾਂ ਵੀ ਕਹਣਾ ਅਸੀਂ ਇੱਕ ਵਾਰੀ 25 ਤਰੀਕ ਨੂੰ ਧਰਨਾ ਲਾਇਆ ਸੀ ਉਹ ਸਾਡੇ ਬਰਾਬਰ ਧਰਨਾ ਲਾਤਾ ਅੱਜ ਤਾ ਉਹਨੇ ਚੰਗਾ ਨਹੀਂ ਸਮਝਦੇ ਮੈਂ ਅੰਕਲ ਦੀ ਗੱਲ ਨੂੰ ਥੋੜਾ ਜਿਹਾ ਮੈਨੂੰ ਇਸ ਗੱਲ ਤੇ ਪਿੰਚ ਲੱਗ ਗਿਆ ਵੀ ਪਹਿਲੀ ਗੱਲ ਤਾਂ ਤੁਹਾਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੈਗਾ ਵੀ ਅਸੀਂ ਧਰਨਾ ਕਿਉਂ ਲਾਇਆ ਸੀ ਠੀਕ ਹੈ ਦੂਜੀ ਗੱਲ ਸੌਂ ਲੱਗੇ ਵਾਈ ਗੁਰੂ ਜੀ ਸੌਂ ਲੱਗੇ ਸੱਚੇ ਪਾਤਸ਼ਾਹ ਮੈਂ ਕਹਿੰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਇੱਥੇ ਮਾਈਕ ਕੋਣ ਤਾਂ ਆਈ ਨਹੀਂ ਥੋੜਾ ਤੁਹਾਨੂੰ ਇਹਨਾਂ ਮਾਈਕ ਦਾ ਖਤਰਾ ਕਿਉਂ ਪੈ ਜਾਂਦਾ ਤੁਹਾਨੂੰ ਐਵੇਂ ਕਿਉਂ ਲੱਗਦਾ ਵੀ ਤੁਹਾਡਾ ਮਾਈਕ ਹੀ ਕੋਣ ਆਇ ਅਜ ਤਾਂ ਯਾਰ ਤੁਹਾਡੇ ਜਵਾਬ ਆ। ਅਜ ਤਾਂ ਕਹਿਣਾ ਵੀ ਤੁਸੀਂ ਮੂਰੇ ਲੱਗੋ ਭਾਈ ਤੁਸੀਂ ਇੱਕ ਹੋਰ ਬਿਆਨ ਦਿੱਤਾ ਮੈਂ ਤੁਹਾਨੂੰ ਵੀਡੀਓ ਪਾਉਂਗਾ ਅੱਜ ਦੁਬਾਰ। ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਸਈ 40 40 ਸਾਲ ਹੋ ਗਏ ਸਾਨੂੰ ਸਾਡਾ ਭਾਸ਼ਣ ਸੁਣਨਾ। ਅਜ ਤਾਂ ਇਹ ਭਾਸ਼ਣ ਸੁਣ ਨਹੀਂ ਗਏ ਆ ਤੁਹਾਡਾ ਤੁਹਾਨੂੰ ਐਵੇਂ ਕੋ ਲੱਗਿਆ ਥੋੜਾ ਮੈਨ ਖੋਇਆ ਸੀ। ਠੀਕ ਹੈ ਨਾ। ਵੀ ਯਾਰ ਅਸੀਂ ਕੌਣ ਆ ਯਾਰ। ਠੀਕ ਹੈ ਸਿੱਧੂ ਮੂਸੇ ਵਾਲਾ ਕੌਣ ਆ? ਸਿੱਧੂ ਮੂਸੇ ਵਾਲਾ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ। ਠੀਕ ਆ ਪਿੰਡੂ ਦਾ ਮੂਸਾ ਕਿੱਥਾ ਉਹ ਅੱਜ ਵੀ ਖੇਤੀ ਹੈ। ਬੇਸ਼ੱਕ ਉਹ ਕਲਾਕਾਰ ਬਣ ਗਿਆ। ਪਰ ਇਹੋ ਜਿਹਾ ਬਿਹੇਵੀਅਰ ਠੀਕ ਹੈ ਇਹ ਕਿਉਂ ਵੀ ਵੇਰ ਫਿਰ ਤੁਸੀਂ ਕਹਿੰਦੇ ਯਾਰ ਸਾਡੇ ਨਾਲ ਨੌਜਵਾਨ ਤੁਰਦੇ ਨਹੀਂ ਨੌਜਵਾਨਾਂ ਨੂੰ ਤੁਸੀਂ ਬੀਤੀ ਤੁਸੀਂ ਨੌਜਵਾਨਾਂ ਦੀ ਜਿੱਤੇ ਤੁਹਾਡੇ ਨਾਲ ਕੋਈ ਤੁਹਾਡੇ ਤੁਸੀਂ ਬੀਤੀ ਥੋੜੀ ਮਿੰਟ ਮਿੰਟ ਚ ਕਰ ਦਿੰਦੇ ਹੋ ਕਿਹੜੀ ਇੱਕ ਤਰੀਕ ਗੱਲ ਕਰ ਰਹੇ ਹੋ ਤੁਸੀਂ ਠੀਕ ਹੈ ਨਾ ਮੇਰਾ ਭਾਈ ਤੁਸੀਂ ਜੇ ਸਾਡੇ ਤੋਂ ਤੁਸੀਂ 40 40 ਸਾਲ ਵੱਡੇ ਹੋ ਉਸ ਤਾਂ ਥੋੜਾ ਆਦਰ ਕਰਦੇ ਸਾਡੇ ਪਿਓਾਂ ਦੀ ਸਾਡੇ ਦਾਦਿਆਂ ਦੀ ਥਾਂ ਤੇ ਹੋ ਤੁਸੀਂ ਅਸੀਂ ਉਸ ਆਦਰ ਕਰਕੇ ਪਿੰਡੋਂ ਆਉਂਦਾ ਟਾਈਮ ਕੱਢ ਕੇ ਤੁਹਾਡੇ ਨਾਲ ਤੁਹਾਡ ਨੂੰ ਲੱਗੇ ਆ ਕਿਉਂਕਿ ਸਾਡੇ ਵੀ ਠੀਕੇ ਸ਼ਾਇਦ ਤੁਹਾਡੇ ਲਈ ਅਸੀਂ ਕੁਝ ਵੀ ਨਾ ਹੋਈਏ ਹਨਾ ਤੁਹਾਡੇ ਲਈ ਅਸੀਂ گاਉਣ ਵਾਲੇ ਹੋਈਏ ਜਿਵੇਂ ਤੁਸੀਂ ਕਹਿੰਦੇ ਉਹਨਾਂ گاਉਣ ਵਾਲੇ ਲੱਚਰ ਲਾਣਾ ਕਹਿ ਲੋ ਜਿਵੇਂ ਵੀ ਕਹਿ ਲੋ ਤੁਸੀਂ ਪਰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਾਨੂੰ ਉਹ ਆਪਣਾ ਭਰਾ ਸਾਡੂੰ ਦਿਲ ਦਾ ਟੁਕੜਾ ਮੰਨਦੇ ਨੇ ਠੀਕ ਹੈ ਨਾ ਜੇ ਅੱਜ ਇੱਕ ਬੰਦੇ ਨੂੰ ਅਸੀਂ ਇੱਕ ਇੱਕ ਇੰਨਾ ਕੁ ਮੈਂ ਮਾਨ ਕਰਦਾ ਜਿਵੇਂ ਮੈਂ ਇੱਕ ਆਵਾਜ਼ ਮਾਰੂੰਗਾ ਤਾਂ 10000 ਬੰਦਾ ਬੁੱਲੂਗਾ ਠੀਕ ਹੈ ਨਾ ਵੀ ਫਿਰ ਯਾਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਕਿਹੜੇ ਫਿਰ ਤੁਸੀਂ ਕਹਿੰਦੇ ਹੋ ਜੀ ਨੌਜਵਾਨ ਸਾਡੇ ਨਾਲ ਤੁਰਦੇ ਨਹੀਂ ਫਲਾਣਾ ਨਹੀਂ ਤੁਰਦੇ ਯਾਰ ਆ ਬਿਹੇਵ ਕਿਹੜਾ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਠੀਕ ਹੈ ਨਾ ਅਸੀਂ ਤਾਂ ਜੀ ਸੰਤ ਅਸਤੋਂ ਚੰਗਾ ਨਹੀਂ ਮੰਨਦੇ ਆਵੇ ਜੂਈ ਸਦੇ ਕਿਆਵੇ ਦੇਖ ਭਰਾ ਮੁਕਦੀ ਗੱਲ ਇਹ ਆ ਠੀਕ ਹੈ ਅਸ ਮੈਂ ਧਰਨਾ ਕਿਸੇ ਦੇ ਕਿਸੇ ਆਗੂ ਕਰਕੇ ਨਹੀਂ ਧਰਨੇ ਤੇ ਜਾਂਦਾ ਨਾ ਮੈਂ ਕਿਸੇ ਮੈਨੂੰ ਕਿਸੇ ਆਗੂ ਦਾ ਕੋਈ ਮੈਨੂੰ ਘਬਰਾਹਟ ਹੈ ਮੈਨੂੰ ਕਿਸੇ ਆਗੂ ਤੋਂ ਠੀਕ ਹੈ ਅਸੀਂ ਕਿਸਾਨਾਂ ਦੀ ਸਪੋਰਟ ਕਰਦੇ ਹਾਂ ਠੀਕ ਹੈ ਅਸੀਂ ਚਾਹੁੰਦੇ ਆ ਭਾਈ ਤੁਸੀਂ ਮਿਹਨਤ ਕਰ ਰਹੇ ਹੋ ਜੋ 40-40 ਸਾਲਾਂ ਤੋਂ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਉਸ ਦੀ ਸਰਾਨਾ ਕਰਦੇ ਤੇ ਨਾ ਅਸੀਂ ਉਹਦਾ ਮੈਕ ਫੜ ਕੇ ਤੁਹਾਡੇ ਤੋਂ ਖੋ ਕੇ ਮੈਕ ਅਸੀਂ ਉਹਦਾ ਸੇਰਾ ਆਬਦੇ ਸੱਖਣਾ ਸਾਡਾ ਕੰਮ ਕੀਤਾ ਕਲਾਕਾਰੀ ਦਾ ਸਾਡਾ ਚੱਲੀ ਜਾਊ ਜਿਹੜੀ ਖੇਤੀਬਾੜੀ ਮੁੱਟੀ ਕਰਦੇ ਉਹ ਵੀ ਸਾਡੀ ਚੱਲੀ ਜਾਊ ਠੀਕ ਹੈ ਅਸੀਂ ਪਹਿਲਾਂ ਕਿੰਨਾ ਤੁਹਾਡੇ ਵਿੱਚ ਆ ਕੇ ਤੁਹਾਡੇ ਮਾਈਕ ਕੋਲੇ ਠੀਕ ਹੈ ਅਸੀਂ ਐਜ਼ ਆ ਸਾਡਾ ਰਿਸਪੌਂਸਿਬਿਲਟੀ ਬਣਦੀ ਹੈ ਵੀ ਇੱਕਾ ਕਿਸਾਨ ਦਾ ਪੁੱਤ ਹਨਾ ਸਾਨੂੰ ਵੀ ਉਹੀ ਲੋਕ ਸੁਣਦੇ ਨੇ ਉਹੀ ਮਾਨ ਸਾਰੇ ਲੋਕ ਪੱਟਾਂ ਥਾਪੀ ਮਾਰ ਕੇ ਕਹਿੰਦੇ ਨੇ ਵੀ ਇਹ ਸਾਡਾ ਭਰਾ ਹੈ ਉਹਨਾਂ ਕਰਕੇ ਗਏ ਆ ਨਾ ਮੈਂ ਤੇਰੇ ਕਰਕੇ ਆਇਆ ਸੀ ਤੇ ਨਾ ਮੈਂ ਤੇਰੇ ਕਰਕੇ ਕਦੇ ਆਉਣਾ ਠੀਕ ਹੈ ਨਾ ਵਿੱਤਰਨਿਆਂ ਦੇ ਵਿੱਚ ਸਿਆਸਤਾਂ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਬਸ ਮੈਨੂੰ ਹੈਗੇ ਤੁਸੀਂ ਸਾਥੋਂ ਵੱਡੇ ਹੋ ਠੀਕ ਹੈ ਪਰ ਮੈਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਿਆ ਹਨਾ ਅਸੀਂ ਜਿੰਨਾ ਜਿੰਨਾ ਕਰਕੇ ਜਿੰਨਾ ਬੰਦਿਆਂ ਕਰਕੇ ਗਏ ਆ ਯਾਰ ਉਹਨਾਂ ਨੂੰ ਪਤਾ ਸਾਡੀ ਵੈਲਿਊ ਕੀ ਹੈ ਠੀਕ ਹੈ ਨਾ ਉਹ ਉਹਦੇ ਤੇ ਯਾਨੀ ਕਿ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਇਹਨੂੰ ਬਹਿਣਾ ਬਹਿ ਜੇ ਸਾਨੂੰ ਕੋਈ ਕੋਈ ਦਿੱਕਤ ਨਹੀਂ ਯਾਰ ਧਰਨਾ ਲਾਉਣ ਨੂੰ ਅਸੀਂ ਕੋਈ ਨਾ ਥੋੜੀ ਮੈਂ ਜਦੋਂ ਧਰਨਾ ਲਾਇਆ ਨਾ ਅਸੀਂ ਉਹ ਧਰਨਾ ਕਿਉਂ ਲਾਇਆ ਗਿਆ ਅਸਲ ਵਿੱਚ ਉਹ ਧਰਨਾ ਕਿਉਂ ਲਾਇਆਗਾ ਜਿਹੜਾ ਨੌਜਵਾਨ ਕਿਸਾਨ ਇਕਤਾ ਮੈਂ ਤੇ ਭਾਂਦੇ ਨਹੀਂ ਚੱਲ ਜਿਵੇਂ ਵੀ ਕੀਤਾ ਉਹ ਤਾਂ ਕੀਤਾ ਗਿਆ ਕਿਉਂਕਿ ਆ ਬਿਹੇਵ ਹੁੰਦਾ ਹਰੇਕ ਧਰਨੇ ਤੇ ਵੀਰ ਤੁਸੀਂ ਜੇ ਜੇ ਕਲਾਕਾਰ ਬਾਗ ਗਿਆ ਤਾਂ ਵੀ ਲੰਡੂ ਆ ਜੇ ਨਹੀਂ ਗਿਆ ਤਾਂ ਵੀ ਲੰਡੂ ਆ ਹਾਂ ਜੀ ਹਾਂ ਅਸੀਂ ਕਲਾਕਾਰਾਂ ਤੋਂ ਕੀ ਲੈਣਾ ਫਿਰ ਠੀਕ ਹੈ ਭਰਾ ਅਸੀਂ ਤਾਂ ਕਹਿ ਨਹੀਂ ਨੀ ਵੀ ਸਾਥੋਂ ਕੀ ਲੈਣਾ ਤੁਸੀਂ ਠੀਕ ਹੈ ਨਾ ਵੀ ਜੇ ਤੁਸੀਂ ਜੇ ਤੁਸੀਂ ਸੱਚੀਓ ਕਿਸੇ ਦਾ ਯਾਰ ਤੁਸੀਂ ਸੱਚੀਓ ਕਹਿੰਦੇ ਹੋ ਵੀ ਏਕਾ ਹੋਵੇ ਤਾਂ ਨਫਰਤ ਦੀ ਰਾਜਨੀਤੀ ਬੰਦ ਕਰੋ ਮੇਰਾ ਵੀਰ ਠੀਕ ਹੈ ਨਾ ਅਸੀਂ ਵੀ ਥੋ ਆਮ ਘਰਾਂ ਚੋਂ ਆ ਯਾਰ ਅਸੀਂ ਕਿਹੜਾ ਕੋਈ ਸਾਲਾ ਕਲਾਕਾਰ ਜੀ ਅਸੀਂ ਮਾਈਕ ਲਈ ਜੰਮੇ ਸੀ ਠੀਕ ਹੈ ਨਾ ਅਸੀਂ ਸਾਰੇ ਚੌਣੇ ਯਾਰ ਸਾਰੇ ਕਿਸਾਨ ਇਕੱਠੇ ਹੋਵੋ ਸਾਰੇ ਅਸੀਂ ਅਸੀਂ ਤਾਂ ਨਾਲ ਤੁਸੀਂ ਕਰੋ ਭਾਈ ਅਸੀਂ ਤੁਹਾਡੇ ਪਿੱਛੇ ਆ ਪਰ ਜੇ ਤੁਸੀਂ ਯਾਰ ਆਹ ਕੰਮ ਕਰੋਗੇ ਯਾਰ ਇਹ ਕਿੱਦਾਂ ਚੱਲੂਗਾ ਮੈਨੂੰ ਦੱਸੋ ਠੀਕ ਹੈ ਨਾ ਵੀ ਯਾਰ ਇੱਕ ਸਟੇਜ ਆ ਯਾਰ ਠੀਕ ਹੈ ਅਸੀਂ ਅਸੀਂ ਸਾਰੇ ਕਹਿੰਨੇ ਯਾਰ ਵੀ ਤੁਸੀਂ ਛੱਡ ਦੋ ਵੱਡੇ ਤੁਸੀਂ ਮਾਈਕ ਤੇ ਬੋਲੋ ਯਾਰ ਕੀ ਸਾਡਾ ਬੈਠਣ ਦਾ ਹੱਕ ਵੀ ਨਹੀਂ ਠੀਕ ਹੈ ਨਾ ਜੇ ਅਗਰ ਧਰਨਾ ਨੂੰ ਤੈਨੂੰ ਚੰਗਾ ਨਹੀਂ ਸਮਝਿਆ ਕਿਉਂ ਨਹੀਂ ਚੰਗਾ ਸਮਝਿਆ ਧਰਨੇ ਤੇ ਭਈ ਅਸੀਂ ਇਹ ਜਿਹੇ ਧਰਨੇ 'ਚ ਕੀ ਕਰਤਾ ਸਾਡੀ ਆਪਣੀ ਮਰਜ਼ੀ ਕਿਉਂਕਿ ਸਾਨੂੰ ਤੁਸੀਂ ਰਾਜ ਆਪਦਾ ਹਿੱਸਾ ਨਹੀਂ ਮੰਨਦੇ ਅਸੀਂ ਧਰਨਾ ਤਾਂ ਅਡ ਲਾਇਆ ਨੌਜਵਾਨ ਕਿਸਾਨ ਇੱਕ ਤਾਂ ਉਦਾਂ ਤੁਸੀਂ ਕਿਹਨੂੰ ਵੀ ਬਜ਼ੁਰਗ ਧਰਨਿਆਂ ਦੇ ਜਾਂਦੇ ਨੇ ਮੁੰਡਾ ਕੋਈ ਨਹੀਂ ਹੁੰਦਾ ਯਾਰ ਜੇ ਮੁੰਡੇ ਹੋਣਾਂ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰਨ ਲੱਗ ਜਾਨੇ ਹੋ ਅੱਜ ਤੈਨੂੰ ਚੰਗਾ ਨਹੀਂ ਮੰਨਦੇ ਇਸੇ ਡਰ ਕਰਕੇ ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਤੇਰਾ ਧਰਨਾ ਇਹ ਠੀਕ ਹੈ ਨਾ ਨਾ ਅਸੀਂ ਕਦੇ ਮੈਂ ਸੋਚ ਕੇ ਗਿਆ ਵੀ ਫਲਾਣੇ ਦਾ ਧਰਨਾ ਪੂਰੀ ਸਪੋਰਟ ਦੇਦਾ ਪੋਲੀਟੀਕਲ ਰਸਤਾ ਸਾਡਾ ਅਸੀਂ ਪ੍ਰੋਪੋਗੈਂਡ ਦੇ ਚ ਪੈਂਦੀ ਨਹੀਂ ਵੀ ਕਿਹਦਾ ਧਰਨਾ ਕਿਹਦਾ ਝੰਡਾ ਚੱਕ ਕੇ ਹੀ ਤੁਰਨਾ ਨਾ ਅਸੀਂ ਨੰਬਰ ਕੁੱਟਣ ਖਾਤਰ ਜਾਂਦੇ ਆਂ ਭਰਾ ਨਾ ਸਾਨੂੰ ਭਾਸ਼ਣ ਦੇਣ ਦਾ ਸ਼ੌਂਕ ਹੈ ਨਾ ਅਸੀਂ ਵੋਟਾਂ ਮਨਾਉਣੀਆਂ ਨੇ ਸਾਡਾ ਵਧੀਆ ਕੰਮਕਾਰ ਚੱਲਦਾ ਵੀਰੇ ਠੀਕ ਹੈ ਨਾ ਅਸੀਂ ਕੀ ਕਿਸੇ ਤੋਂ ਲੈਣਾ ਯਾਰ ਠੀਕ ਹੈ ਨਾ ਸਰ ਸਾਡਾ ਫਰਜ਼ ਬਣਦਾ ਹਨਾ ਵੀ ਮੈਂ ਤੁਹਾਨੂੰ ਉਹ 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 ਮੈਂ ਵੀਡੀਓ ਵੀ ਤੁਹਾਨੂੰ ਹੁਣ ਮੈਂ ਇਹ ਤੋਂ ਬਾਅਦ ਪਾਉਂਗਾ ਤੁਸੀਂ ਦੇਖ ਲਿਓ ਵੀ ਕੀ ਬਿਆਨਬਾਜ਼ੀ ਆ ਉਹ ਅਸਤਾ ਚੰਗਾ ਨਹੀਂ ਮੰਨਿਆ ਮੈਨੂੰ ਪਤਾ ਤੁਸੀਂ ਨਹੀਂ ਚੰਗਾ ਮੰਨਦੇ ਯਾਰ ਜੇ ਤੁਸੀਂ ਸਾਨੂੰ ਚੰਗਾ ਮੰਨਦੇ ਹੋ ਤਾਂ ਸਾਨੂੰ ਤਾਂ ਨਾਮਾ ਲਾਉਣ ਦੀ ਕਿ ਲੋੜ ਸੀ ਅੱਡ ਰੌਲਾ ਯਾਰ ਅਸੀਂ ਤੁਹਾਡੀ ਕੋਈ ਮੈਗ ਥੋੜੀ ਕੋਣ ਲੱਗੀਆਂ ਜਾਂ ਅਸੀਂ ਅਸੀਂ ਵੀਰੇ ਸਿਆਸਤ ਨਹੀਂ ਕਰਨ ਲੱਗੇ ਅੰਕਲ ਮੈਂ ਤੁਹਾਨੂੰ ਅਸੀਂ ਦੱਸਣ ਲੱਗੇ ਆ ਠੀਕ ਹੈ ਅੱਜ ਚਲੋ ਤੁਸੀਂ ਜੋ ਵੀ ਬਿਆਨ ਦਿੱਤਾ ਅੱਜ ਧਰਨੇ ਤੇ ਆ ਗਏ ਗਲਤੀ ਹੋ ਗਈ ਕੱਲ ਤੋਂ ਕੋਈ ਧਰਨੇ ਤੇ ਨਹੀਂ ਆਵਾਂਗੇ ਅਸੀਂ ਠੀਕ ਹੈ ਤੁਹਾਨੂੰ ਬੁਰਾ ਲੱਗਦਾ ਵੀ ਭਾਈ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਜਾਂ ਕੋਈ ਥੋੜੀ ਸ਼ਾਨ ਚ ਫਰਕ ਪੈ ਰਿਹਾ ਇਸ ਟੀਨ ਨਾਲ ਕੋਈ ਦਿੱਕਤ ਨਹੀਂ ਹੈਗੀ ਜੋ ਸਾਨੂੰ ਸਪੋਰਟ ਕਰੂਗਾ ਜਿਹੜਾ ਸਾਨੂੰ ਪਿਆਰ ਮੁਹੱਬਤ ਨਾਲ ਕਹੂਗਾ ਵੀ ਭਾਈ ਆਜੋ ਤੁਸੀਂ ਆ ਜਿਉਂ ਉੱਥੇ ਬਗਜਿਆ ਕਰਾਂਗੇ ਭਾਈ ਅਸੀਂ ਕੱਲ ਤੋਂ ਨਹੀਂ ਆਇਆ ਕਰਾਂਗੇ ਠੀਕ ਹੈ ਨਾ ਜੀ ਪਰ ਸਾਲ ਬਹੁਤ ਬੈਡ ਬਿਹੇਵ ਬੁਰਾ ਲੱਗਦਾ ਯਾਰ ਵੀ ਕੀ ਗੱਲ ਹੈ ਮੈਂ ਤੁਹਾਨੂੰ ਸ਼ਾਇਦ ਵੀਡੀਓ ਵੀ ਦਿਖਾਈ ਦੇ ਮੈਂ 1 ਮਿੰਟ ਤੁਹਾਨੂੰ ਮੈਂ ਇੱਥੇ ਪਈ ਹੋਊਗੀ ਵੀਰ ਸਾਡਾ ਮੋਟਿਵ ਕੋਈ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਜੋ ਅਸੀਂ ਜਾ ਕੇ ਰੋਟੀਆਂ ਸੇਕੀ ਆ ਅਸੀਂ ਅਸਤਾ ਯਾਰ ਐਜ਼ ਆ ਬ੍ਰਦਰ ਐਦਾ ਯਾਨੀ ਕਿ ਆਪਾਂ ਕਹਿ ਸਕਦੇ ਆ ਵੀ ਵੀ ਕਿਸਾਨ ਹਨਾ ਤੁਹਾਡੇ ਨਾਲ ਤੁਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਕੋਈ ਯਾਨੀ ਕਿ ਇਹ ਬੋਟਾਂ ਲੈਣੀ ਮੈਂ ਮੈਂ ਵੀਡੀਓ ਭਾੜਦਾ ਵੀਰੇ 1 ਮਿੰਟ ਦਾ ਜਿਵੇਂ ਲੱਭ ਗਈ ਆ ਵੀਡੀਓ ਆ ਆ ਦਿਖਾ ਦਿਆਂਗੇ ਮੈਨੂੰ ਚੱਲਦੇ ਮੈਨੂੰ ਕਰ ਦੇਣ ਦੱਸਿਆ ਕਹਿੰਦੇ ਮਹਾਮਾਸ ਸਵੇਰੇ ਮੈਂ ਕਰਦਣਾ ਗੱਲ ਕਰਿਆ ਸੀ ਮੈਂ ਵੀ ਸਵੇਰੇ ਧਰਨੇ ਤੇ ਜਾਣਾ ਤੇ ਉਹਨੂੰ ਕਰਦੇ ਕਹਿੰਦੇ ਵੀ ਉਹ ਤਰੇ ਬਾਰੇ ਕੋਈ ਬੋਲ ਰਿਹਾ ਸੀਗਾ ਵੀ ਐ ਕਰਕੇ ਵੀ ਉਹ ਇਹ ਨਹੀਂ ਕਿ ਤੋ ਸੋਮ ਤਾਂ ਚੰਗਾ ਨਹੀਂ ਲੱਗਦਾ ਮੈਂ ਯਾਰ ਕਮਾਲ ਦੀ ਗੱਲ ਹੈ ਵੀ ਹਨਾ ਮੈਂ ਤਾਂ ਬਿੰਦ ਤਾਂ ਪਤਾ ਵੀ ਨਹੀਂ ਵੀ ਕੌਣ ਕੀ ਦਾ ਦਰਨਾ ਹੈ ਇਹ ਇਹ ਲਈ ਉਹ ਭਾਜਪੀ ਉਹ ਇਹ ਦੇਖੋ ਉਹ ਆਲਾ ਆਕਵਾਸ ਉਹ ਵੀ ਸੌਪੜ ਕੇ ਰਾਸ਼ਿਆਂ ਨੂੰ ਰੰਗ ਕਰਦੇ ਆ ਵੀ ਮੀਟਿੰਗ ਹੋਉ ਮੌਸੇ ਵਾਲੇ ਸਭ ਜੀ ਖਾਸ ਕਰਕੇ ਗੱਲ ਕਹਿੰਦੇ ਨੂੰ ਸਾਡੇ ਕਿਨੇ ਸਾਡਾ 1 ਕਿਲੋਮੀਟਰ ਦੇ ਲਾਇਆ ਦੀ ਗੁੰਮਲ ਮੈਨੂੰ ਠੀਕ ਨਹੀਂ ਸਮਝਿਆ ਜੀਗਾ ਆ ਬੈਠਣ ਸਾਡੇ ਸਰ ਲੈ ਸਾਡੇ ਭਾਅ ਹਸਨ 4 ਲੀਟਰ ਦੇ ਚਲੋ 40 40 ਸਾਲ ਹੋ ਗਿਆ ਇੱਥੇ ਲੱਗਿਆ ਨੂੰ ਠੀਕਾ ਬੈਗ ਬੈਠੋ ਉਸੇ ਕਿਸੇ ਨੂੰ ਨਹੀਂ ਕੋਈ ਰੋੜਾ ਹੈ ਮਾਨਸਾ ਪਤਰਕਰਨਾ ਗਲਤ ਗੱਲ ਕਰਦੇ ਹੈ ਕਮਰ ਕਰੇ ਵਾਲ ਤੇ ਹਰਫ ਚਿਪਾਈਦੀ ਹੈ ਨਹੀਂ ਸਮਝਦੇ ਹਨ ਚਿਪਾਈਦੀ ਹੈ ਉਤਰ ਕਿਸਾਨਾ ਕੋ ਰੋਜ਼ੋ ਸਿੰਘ ਨੇ ਕਿਹਾ ਹੈ ਕਿ 25 ਤੰਮਲੋਂ ਪੰਜਾਬ ਬੰਦ ਦੇ ਮੌਕੇ ਤੇ ਇਦੋਂ ਮੁਸੇਵਾਲੇ ਨੇ ਬਰਾਬਰ ਦਾ ਧਰਨਾ ਲਗਾਇਆ ਸੀ ਜਿਸ ਨੂੰ ਉਹ ਚੰਗਾ ਨਹੀਂ ਸਮਝਦੇ ਹਨ। ਇਹ ਰੇਖਾਲ ਚ ਹਰ ਇੱਕ ਸੰਘਰਸ਼। ਹੁਣ ਗੱਲ ਪਤਾ ਹੀ ਕੀ ਗੱਲ ਹੈ ਵੀ ਜੇ ਤਾਂ ਯਾਰ ਧਰਨਾ ਤੁਸੀਂ ਜੇ ਤਾਂ ਤੁਸੀਂ ਚੁੱਪ ਕਰਕੇ ਬੈਠੇ ਹੋ ਫਿਰ ਤੁਸੀਂ ਮਾੜਿਓ ਜੇ ਤੁਸੀਂ ਕੁਝ ਕਰ ਲਿਆ ਫਿਰ ਤੁਸੀਂ ਤੁਹਾਨੂੰ ਕਹਿ ਦੇਣਗੇ ਵੀ ਇਹ ਏਜੰਸੀਆਂ ਦੇ ਬੰਦੇ ਨੇ ਇਹ ਆਪਣੇ ਧਰਨੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹੋਰ ਕਰ ਰਹੇ ਨੇ ਵੀ ਯਾਰ ਆਹ ਘਟੀਆ ਰਾਜਨੀਤੀ ਯਾਰ ਨਾ ਕਰਿਆ ਕਰੋ ਠੀਕ ਹੈ ਨਾ ਅਸੀਂ ਕੀ ਲੈਣਾ ਯਾਰ ਹਨਾ ਠੀਕ ਹੈ ਨਾ ਸਾਡਾ ਫਰਜ਼ ਬਣਦਾ ਸਾਨੂੰ ਇਨਸਾਨੀ ਤੌਰ ਤੇ ਸਾਨੂੰ ਲੱਗਦਾ ਵੀ ਸਾਨੂੰ ਜਾਣਨਾ ਚਾਹੀਦਾ ਯਾਰ ਪਰ ਪਰ ਮੈਂ ਕੋਈ ਗੱਲ ਕਹਿਣਾ ਵੀ ਯਾਰ ਸੱਚੀ ਹੋ ਜੇ ਤੁਸੀਂ ਸੱਚੀਉਂ ਭਲਾ ਚਾਹੁੰਦੇ ਹੋ ਠੀਕ ਹੈ ਚਲ ਮੈਂ ਤਾਂ ਯਾਰ ਕੋਈ ਦਿੱਕਤ ਨਹੀਂ ਹੈਗੀ ਹਨਾ ਕੋਈ ਈਸ਼ੂ ਵਾਲੀ ਗੱਲ ਨਹੀਂ ਪਰ ਹੋਰ ਬਹੁਤ ਨੌਜਵਾਨ ਨੇ ਡਾਰਲਿੰਗ ਠੀਕ ਹੈ ਅੰਕਲ ਜੀ ਬਹੁਤ ਨੌਜਵਾਨ ਨੇ ਆਪਾਂ ਸਾਰਿਆਂ ਨੂੰ ਜੋੜਨਾ ਆਪਾਂ ਕਿਸੇ ਨੂੰ ਤੋੜਨਾ ਨਹੀਂ ਹੈਗਾ ਨਾ ਠੀਕ ਹੈ ਜਿੰਨੇ ਜਿੰਨੇ ਵੀ ਆਉਂਦੇ ਨੇ ਜੋ ਵੀ ਉਹਨਾਂ ਦਾ ਦਿਲ ਲੈ ਕੇ ਆਉਂਦਾ ਧਰਨੇ ਤੇ ਜੋ ਵੀ ਕੋਈ ਵੀ ਪਹੁੰਚਦਾ ਹੈ ਨਾ ਉਹਦਾ ਕਾਲਜੇ 'ਚ ਆ ਗਿਆ ਉਹ ਤਾਂ ਆਉਂਦਾ ਹੈ ਵੀਰ ਮੈਂ ਹਨ ਆਪਣੀਆਂ ਸਾਰਿਆਂ ਦਾ ਸਪੋਰਟ ਕਰੀ ਜਣਾ ਆਪਾਂ ਇਕੱਠੇ ਹੋਈ ਆ ਸਾਰਾ ਕੁਝ ਨਾ ਤੁਹਾਡਾ ਅਸੀਂ ਮਾਈਕ ਕੋਹਣਾ ਨਾ ਤੁਹਾਡੀ ਅਸੀਂ ਰਾਜਨੀਤੀ ਤੇ ਕੋਈ ਜਾਂ ਕੋਈ ਤੁਹਾਡੇ ਤੋਂ ਤੁਹਾਨੂੰ ਕੋਈ ਧੱਕਾ ਲਾਉਣਾ ਜਾਂ ਤੁਹਾਡਾ ਕੋਈ ਅਸੀਂ ਤੁਹਾਨੂੰ ਡਰਾਉਣਾ ਕਰਨਾ ਖਿੱਚ ਕੇ ਠੀਕ ਹੈ ਨਾ ਤੁਸੀਂ ਕਰੋ ਅਸੀਂ ਤੁਹਾਡੇ ਭਾਸ਼ਣ ਸੁਣ ਲਾਂਗੇ ਤੁਸੀਂ 40 40 ਸਾਲ ਪੁਰਾਣੇ ਹੋ ਅਸੀਂ ਅਸੀਂ ਉਸ ਚੀਜ਼ ਦੀ ਇੱਜ਼ਤ ਕਰਦੇ ਆਂ ਪਰ ਜੇ ਅਸੀਂ ਵੀ ਕੋਈ ਆਉਣੇ ਅਸੀਂ ਕੋਈ ਤੁਹਾਡਾ ਬੁਰਾ ਚਾਹ ਕੇ ਨਹੀਂ ਆਉਂਦੇ ਜੇ ਸੱਚੀਓ ਕਿਸੇ ਨੂੰ ਤੁਸੀਂ ਬਰਾਬਰ ਕਰਨਾ ਸੱਚੋ ਤੁਸੀਂ ਇਹ ਚਾਹੁੰਦੇ ਹੋ ਹਨਾ ਵੀ ਨੌਜਵਾਨ ਨਾਲ ਤੁਰੇ ਆ ਬਰਸਲੂਕੀਆਂ ਬੰਦ ਕਰ ਦਿਓ ਮੇਰਾ ਭਰਾ ਅਸੀਂ ਸਾਰੇ ਤੁਹਾਨੂੰ ਥੋੜਾ ਚੰਗਾ ਚਾਹੁੰਦੇ ਹਾਂ ਤੁਹਾਡੀ ਇੱਜ਼ਤ ਕਰਦੇ ਹਾਂ ਪਰ ਮੈਂ ਤੁਹਾਨੂੰ ਇੰਨੀ ਇੱਕ ਗੱਲ ਕਹਿਣਾ ਵੀ ਜੇ ਨੌਜਵਾਨ ਨਾਲ ਤੁਰਨਾ ਤਾਂ ਨੌਜਵਾਨਾਂ ਨਾਲ ਈਰਖਾ ਨਾ ਕਰੋ ਠੀਕ ਹੈ ਨਾ ਉਹ ਨੌਜਵਾਨ ਕੋਈ ਕਲਾਕਾਰ ਵੀ ਹੋ ਸਕਦਾ ਉਹ ਨੌਜਵਾਨ ਕੋਈ ਡਾਕਟਰ ਵੀ ਹੋ ਸਕਦਾ ਉਹ ਨੌਜਵਾਨ ਕੋਈ ਆਰਟੀਸਟ ਵੀ ਹੋ ਸਕਦਾ ਉਹ ਨੌਜਵਾਨ ਕੋਈ ਬੀਨਸਮੈਨ ਵੀ ਹੋ ਸਕਦਾ ਸਾਰੇ ਆਉਂਦੇ ਨੇ ਯਾਰ ਹਨਾ ਕੋਈ ਗੱਲ ਨਹੀਂ ਪੇਸ਼ੇ ਤੋਂ ਆਪਾਂ ਨਫ਼ਰਤ ਨਾ ਕਰੋ हां यार ਅਸੀਂ ਕਲਾਕਾਰ ਹੈਗੇ ਅਸੀਂ ਢੋਲਕੀਆਂ ਕੋਟਣ ਸਾਡਾ ਪ੍ਰੋਫੈਸ਼ਨ ਹੈ ਇਹ ਹਨ ਪਰ ਅਸੀਂ ਅਸੀਂ ਕਦੇ ਕਦੇ ਮੈਂ ਭੁੱਕੀ ਨਹੀਂ ਵੇਚੀ ਫੀਮ ਨਹੀਂ ਵੇਚੀ ਜਾਂ ਕੁਝ ਗਲਤ ਕੰਮ ਕਰਕੇ ਨਹੀਂ ਹਨ ਠੀਕ ਹੈ ਨਾ ਵੀ ਅਸੀਂ ਇਹੋ ਜਿਹਾ ਕੰਮ ਨਹੀਂ ਕੀਤਾ ਯਾਰ ਅਸੀਂ ਆਪਣੀ ਹੱਕ ਦੀ ਖਾਣੇ ਆ ਹਰੇਕ ਦਾ ਪ੍ਰੋਫੈਸ਼ਨ ਹੈ ਠੀਕ ਹੈ ਜੇ ਕਿਸਾਨ ਮਿਹਨਤ ਕਰਦਾ ਠੀਕ ਹੈ ਉਹਨੂੰ ਆਪਾਂ ਕਿਸਾਨ ਕੋਈ ਕਹਿ ਕੇ ਉਹਨੂੰ ਤੰਨਾ ਮਰ ਗਿਆ ਵੀ ਤੂੰ ਤਾਂ ਕਿਸਾਨ ਨਹੀਂ ਆ ਦੋ ਫੁੱਟ ਨੇ ਤੇਰੇ ਕੋਲੇ ਉਹ ਮਾੜੀ ਗੱਲ ਹੈ ਯਾਰ ਜਿਸ ਅਸੀਂ ਪ੍ਰੋਫੈਸ਼ਨ ਸਾਡਾ ਪ੍ਰੋਫੈਸ਼ਨ ਹੈ ਅਸੀਂ ਵੀ ਪ੍ਰੋਫੈਸ਼ਨ ਹੈ ਨਾ ਗਾਉਣ ਵਾਲੇ ਕਿਹੜਾ ਸੀ ਅੱਜ ਹੀ ਜੰਮਦੇ ਮੈਂ ਕਿਲੇ ਜੰਮੇ ਸੀ ਠੀਕ ਹੈ ਅਸੀਂ ਵੀ ਅਸੀਂ ਵੀ ਯਾਰ ਇਸ ਇਸ ਚੀਜ਼ ਤੇ ਵਿੱਚ ਹੀ ਆਏ ਆ ਠੀਕ ਹੈ ਨਾ ਮੇਰਾ ਭਰਾ ਬਣ ਕੇ ਕਿਸੇ ਪ੍ਰੋਫੈਸ਼ਨਲ ਨਾਲ ਨਫ਼ਰਤ ਨਾ ਕਰਿਆ ਕਰੋ ਠੀਕ ਹੈ ਨਾ ਕਲਾਕਾਰ ਅਸੀਂ ਬਾਅਦ ਚੋਂ ਆ ਜਦੋਂ ਤੁਹਾਡੇ ਆਗ ਵਿਚਾਲੇ ਆ ਕੇ ਬਈ ਗਏ ਫਿਰ ਕਲਾਕਾਰ ਵਾਲੀ ਕੀ ਰਹੇਗੀ ਜੇ ਤਾਂ ਕਲਾਕਾਰ ਵਾਲੀ ਕੋਈ ਐਨ ਕਲਾਕੇ ਫੀਲਿੰਗ ਲਈ ਜਾਵੇ ਮੇਰੇ ਵਰਗਾ ਫੁਕਰੀਆ ਮਰੀ ਜਾਵੇ ਉੱਥੇ ਬੈਠਾ ਤਾਂ ਵੀ ਹੋਵੇ ਹਨ ਵੀ ਯਾਰ ਜਦੋਂ ਬੰਦਾ ਕੋਈ ਫੀਲਿੰਗ ਨਹੀਂ ਲੈਂਦੇ ਨਹੀਂ ਤੁਸੀਂ ਉਹਨੂੰ ਉਹੀ ਨਾ ਐ ਨਾ ਕਰਿਆ ਕਰੋ ਮੇਰੇ ਵੀਰ ਸਾਰਿਆਂ ਨੂੰ ਪਿਆਰ ਕਰੋ ਤੁਸੀਂ 70 40 40 ਸਾਲ ਵੱਡੇ ਹੋ ਜਿਵੇਂ ਤੁਸੀਂ ਕਹਿੰਦੇ ਹੋ ਤੇ ਤੁਹਾਨੂੰ ਤਾਂ ਸਾਡੇ ਨਾਲ ਬਹੁਤ ਤਜਰਬਾ ਦੇ ਬਹੁਤ ਸਿਆਣਪ ਉਹ ਸੋ ਸਿਆਣਪ ਨੂੰ ਵਰਤ ਕੇ ਸਾਰਿਆਂ ਨੂੰ ਇਕੱਠੇ ਕਰੋ ਠੀਕ ਹੈ ਨੌਜਵਾਨਾਂ ਨਾਲ ਇਰਖਾਨੀ ਪਿਆਰ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਸਾਡੇ ਬੰਨਿਓ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਸਾਨੂੰ ਹੁਕਮ ਕਰੋਗੇ ਅਸੀਂ ਆ ਜਾਾਂਗੇ ਜੋ ਸਾਨੂੰ ਨਹੀਂ ਤੁਸੀਂ ਕਹੋਗੇ ਅਸੀਂ ਤਾਂ ਵੀ ਨਹੀਂ ਖੁਸ਼ ਹਾਂ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਸასიਕਰ ਏਸ ਸਿੱਧੂ ਮੂਸੇਵਾਲੇ ਦਾ ਲਾਈਵ ਹੁਣ ਤੱਕ ਲਈ ਇੰਨਾ ਹੀ ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ ਤੇ ਜਿੰਨਾ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਦੇ ਆਈਕਨ ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ